ਜੀ ਅਸਲਾਮ ਵਾਲੇਕੁਮ, ਸਤਿ ਸ਼੍ਰੀ ਅਕਾਲ। ਮੈਂ ਜੀ ਤੁਹਾਡਾ ਵੀਰ ਰਾਣਾ ਅਮਰ ਲਹਿੰਦਾ, ਪੰਜਾਬ ਡਿਸਟ੍ਰਿਕਟ ਸ਼ੇਖਪੁਰਾ ਤੋਂ। ਅੱਜ ਜੀ ਇੱਕ ਬੜੀ ਵਧੀਆ ਨਿਊਜ਼ ਹੈ, ਖਾਸ ਤੌਰ 'ਤੇ ਲਹਿੰਦੇ ਪੰਜਾਬ ਦੀ ਯਾਨੀ ਕਿ ਪਾਕਿਸਤਾਨ ਦੀ ਆਵਾਮ ਵਾਸਤੇ। ਸੋਰਸਿਸ ਤੋਂ ਨਿਊਜ਼ ਆਈ ਹੈ ਕਿ ਪੰਜਾਬੀ ਦੇ ਫੇਮਸ ਸਿੰਗਰ, ਰੈਪ ਸਟਾਰ, ਪੋਪ ਸਟਾਰ, ਆਪਣਾ ਜਨਾਬ ਸਿੱਧੂ ਮੂਸੇਵਾਲਾ ਸਾਹਿਬ ਪਾਕਿਸਤਾਨ ਆ ਰਹੇ ਹੈ ਜੀ। ਅਤੇ ਮਾਰਚ ਦੇ ਮਹੀਨੇ 'ਚ ਉਹਨਾਂ ਦੇ ਦੋ ਸ਼ੋਅ ਪਾਕਿਸਤਾਨ 'ਚ ਹੋ ਰਹੇ ਨੇ। ਮੂਸੇਵਾਲਾ ਸਾਹਿਬ ਉਹ ਸਿੰਗਰ ਨੇ ਕਿ ਜਿਹੜੇ ਦੋਹਾਂ ਪੰਜਾਬਾਂ ਦੀ ਮਤਲਬ ਨੌਜਵਾਨ ਨਸਲ ਦੀ ਇੱਕ ਫੇਵਰੇਟ ਪਰਸਨੈਲਿਟੀ ਨੇ, ਜਿਨ੍ਹਾਂ ਨੂੰ ਦੋਹਾਂ ਪੰਜਾਬਾਂ ਦੀ ਬਹੁਤ ਵੱਡੀ ਫੈਨ ਫੋਲੋਇੰਗ ਹੈ। ਖਾਸ ਤੌਰ 'ਤੇ ਜੀ ਲਹਿੰਦੇ ਪੰਜਾਬ 'ਚ ਤਾਂ ਬਹੁਤ ਜ਼ਿਆਦਾ ਜੀ ਚੜ੍ਹਦੇ 'ਚ ਤਾਂ ਖੈਰ ਹੈਗੀ ਆ। ਅਤੇ ਬੜੀ ਵਧੀਆ ਗੱਲ ਹੈ ਜੀ ਕਿ ਚਲੋ ਦੋਹੇ ਪੰਜਾਬ ਲਾਗੇ ਆ ਰਹੇ ਨੇ। ਅਤੇ ਸੋਰਸਿਸ ਆਖ ਰਹੇ ਨੇ ਜੀ ਕਿ ਮਾਰਚ ਦੇ ਮਹੀਨੇ 'ਚ ਦੋ ਸ਼ੋਅ ਹੋਣੇ ਪਾਕਿਸਤਾਨ ਦੇ ਵਿੱਚ ਸਿੱਧੂ ਮੂਸੇਵਾਲੇ ਸਾਹਿਬ ਦੇ। ਇੱਕ ਸ਼ੋਅ ਹੋਣਾ ਜੀ ਲਾਹੌਰ ਵਿੱਚ, ਅਤੇ ਦੂਜਾ ਲੈਲਪੁਰ ਯਾਨੀ ਫੈਸਲਾਬਾਦ ਦੇ ਵਿੱਚ, ਜਿਹਦੇ ਕਿ ਆਰਗੇਨਾਈਜ਼ਰ ਬਹੁਤ ਜਲਦ ਟਿਕਟਾਂ ਵਗੈਰਾ ਦੀ ਕੋਈ ਅਨਾਊਂਸਮੈਂਟ ਕਰ ਰਹੇ ਨੇ। ਅਤੇ ਬੜੀ ਵਧੀਆ ਗੱਲ ਆ ਕਿ ਇੱਕ ਚੜ੍ਹਦੇ ਪੰਜਾਬ ਦਾ ਸਾਡਾ ਵੀਰ, ਬੜੀ ਫੇਮਸ ਪਰਸਨੈਲਿਟੀ ਸਿੰਗਰ ਲਹਿੰਦੇ ਪੰਜਾਬ 'ਚ ਆ ਰਿਹਾ ਵਾ, ਕਿਉਂਕਿ ਉਹਨਾਂ ਦੀ ਬਹੁਤ ਜ਼ਿਆਦਾ ਫੈਨ ਫਾਲੋਇੰਗ ਪਾਈ ਜਾਂਦੀ ਹੈ ਲਹਿੰਦੇ ਪੰਜਾਬ 'ਚ। ਥੋੜ੍ਹੇ ਦਿਨ ਪਹਿਲਾਂ ਗਿੱਪੀ ਗਰੇਵਾਲ ਸਾਹਿਬ ਪਾਕਿਸਤਾਨ ਆਏ ਸਨ, ਅਤੇ ਤੁਸੀਂ ਵੇਖਿਆ ਕਿ ਲੋਕਾਂ ਕਿੰਨਾ ਨੂੰ ਮਾਣ ਪਿਆਰ ਸਤਿਕਾਰ ਦਿੱਤਾ ਜੀ ਉਹਨਾਂ ਨੂੰ, ਕਿਉਂਕਿ ਆਪਣੀ ਮਾਂ ਬੋਲੀ ਸਾਡੀ ਇੱਕ ਆ, ਸਾਡੀ ਕਲਚਰ ਇੱਕ ਆ, ਅਤੇ ਫਿਰ ਸਾਡੀ ਮਤਲਬ ਰਹਿਣ ਸਹਿਣ, ਪਿਆਰ ਮੁਹੱਬਤ, ਜ਼ਾਹਰੀ ਗੱਲ ਉਹ ਘੱਟ ਨਹੀਂ ਹੋ ਸਕਦੀ ਹੈਗੀ, ਚਾਹੇ ਵਿੱਚ ਬਾਰਡਰ ਦੀ ਲਕੀਰਾਂ ਕਿਉਂ ਨਾ ਹੋਣ। ਅਤੇ ਬਹੁਤ ਵਧੀਆ ਗੱਲ ਆ, ਮੂਸੇਵਾਲਾ ਸਾਹਿਬ ਨੂੰ, ਸਿੱਧੂ ਮੂਸੇਵਾਲਾ ਸਾਹਿਬ ਨੂੰ ਅਸੀਂ ਵੈਲਕਮ ਕਰਦੇ ਹਾਂ ਪਾਕਿਸਤਾਨ ਦੇ ਵਿੱਚ, ਲਹਿੰਦੇ ਪੰਜਾਬ ਦੇ ਵਿੱਚ। ਅਤੇ ਆਪਣਾ ਇਹ ਉਹਨਾਂ ਦਾ ਆਪਣਾ ਹੀ ਘਰ ਆ, ਅਤੇ ਵੈਸੇ ਵੀ ਲਹਿੰਦਾ ਪੰਜਾਬ ਗੁਰੂ ਨਾਨਕ ਸਾਹਿਬ ਦੀ ਇੱਕ ਪਵਿੱਤਰ ਧਰਤੀ ਹੈ ਜੀ। ਅਤੇ ਸਾਨੂੰ ਬੜਾ ਮਾਣ ਆ ਕਿ ਸਾਡੀ ਅਸੀਂ ਉਸ ਧਰਤੀ 'ਤੇ ਰਹਿੰਦੇ ਹਾਂ ਜਿੱਥੇ ਗੁਰੂ ਨਾਨਕ ਸਾਹਿਬ ਦੇ ਪਵਿੱਤਰ ਮਤਲਬ ਅਸਥਾਨ ਨੇ, ਉਹਨਾਂ ਦੇ ਇੱਥੇ ਜ਼ਿੰਦਗੀ ਗੁਜ਼ਾਰੀ ਆ, ਉਹਨਾਂ ਦਾ ਰਹਿਣ ਸਹਿਣ ਇੱਥੇ ਹੋਇਆ ਵਾ। ਅਤੇ ਸਾਡੇ ਵਾਸਤੇ ਬੜੀ ਮਾਣ ਦੀ ਗੱਲ ਹੈਗੀ ਆ ਕਿ ਪਾਕਿਸਤਾਨ, ਉਹ ਅਕਸਰ ਮੈਂ ਇੱਕ ਜੁਮਲਾ ਹੀ ਬੋਲਦਾ ਹੁੰਦਾ ਜੀ ਕਿ ਪਾਕਿਸਤਾਨ ਦੀ ਲੈਂਡ ਆਫ ਗੁਰੂ ਨਾਨਕ ਜੀ, ਪਾਕਿਸਤਾਨ ਦੀ ਲੈਂਡ ਆਫ ਪੀਸ। ਅਤੇ ਚੜ੍ਹਦੇ ਪੰਜਾਬ ਦੇ ਜਿੰਨੇ ਵੀ ਸਿੰਗਰ, ਆਰਟਿਸਟ, ਅਦਾਕਾਰ ਨੇ, ਉਹ ਬੜੀ ਅੱਛੀ ਤਰ੍ਹਾਂ ਜਾਣਦੇ ਨੇ ਕਿ ਲਹਿੰਦੇ ਪੰਜਾਬ 'ਚ ਉਹਨਾਂ ਦੀ ਬਹੁਤ ਜ਼ਿਆਦਾ ਫੈਨ ਫਾਲੋਇੰਗ ਆ। ਅਕਸਰ ਇਹਦਾ ਪਾਕਿਸਤਾਨ ਦੇ ਲਹਿੰਦੇ ਪੰਜਾਬ ਦੀ ਆਵਾਮ ਉਹਦਾ ਇਜ਼ਹਾਰ ਕਰਦੀ ਰਹਿੰਦੀ ਸੋਸ਼ਲ ਮੀਡੀਆ ਰਾਹੀਂ, ਕੋਈ ਫੇਸਬੁੱਕ 'ਤੇ, ਯੂਟਿਊਬ 'ਤੇ, ਜਾਂ ਦੂਜੇ ਵੀ ਜਿੰਨੇ ਵੀ ਸੋਸ਼ਲ ਮੀਡੀਆ ਸਾਈਟਸ ਨੇ, ਉਹਨਾਂ 'ਤੇ ਪਾਕਿਸਤਾਨ ਦੀ ਆਵਾਮ, ਚੜ੍ਹਦੇ ਪੰਜਾਬ ਦੀ ਆਵਾਮ ਅਤੇ ਉਹਨਾਂ ਦੇ ਕਲਾਕਾਰਾਂ ਨਾਲ, ਅਦਾਕਾਰਾਂ ਨਾਲ, ਸਿੰਗਰਾਂ ਨਾਲ ਆਪਣੀ ਮੁਹੱਬਤ ਦਾ ਇਜ਼ਹਾਰ ਕਰਦੇ ਰਹਿੰਦੇ ਨੇ। ਵੈਸੇ ਵੀ ਸਾਡੇ ਰੂਟਸ ਇੱਕ ਨੇ ਲਹਿੰਦੇ ਪੰਜਾਬ ਵਾਲੇ, ਬਹੁਤ ਸਾਰੇ ਵੀਰਾਂ ਭਰਾਵਾਂ ਦੇ ਆਪਣਾ ਪਿਛੋਕੜ ਚੜ੍ਹਦੇ ਵਾਲੇ, ਆਪਣਾ ਚੜ੍ਹਦੇ ਵਾਲੇ ਬੰਨੇ ਆ, ਅਤੇ ਚੜ੍ਹਦੇ ਵਾਲੇ ਕਈਆਂ ਦਾ ਪੀਰਾਂ ਭਰਾਵਾਂ ਦਾ ਪਿਛੋਕੜ ਲਹਿੰਦੇ ਵਾਲੇ ਬੰਨੇ ਆ, ਕਿਉਂਕਿ ਅਸੀਂ ਪੰਜਾਬੀ ਹਾਂ, ਸਾਡੀ ਮਾਂ ਬੋਲੀ ਇੱਕ ਆ, ਸਾਡਾ ਰਹਿਣ ਸਹਿਣ ਇੱਕ ਆ, ਫਿਰ ਦੋ ਤਣਾ ਹੋਏ। ਵੈਸੇ ਵੀ ਪੰਜਾਬੀ ਤਾਂ ਇੱਕ ਨੇ, ਚਾਹੇ ਯੂਕੇ 'ਚ ਰਹਿੰਦੇ, ਕਨੇਡਾ 'ਚ ਰਹਿੰਦੇ, ਜਾਂ ਲਹਿੰਦੇ ਪੰਜਾਬ 'ਚ ਰਹਿੰਦੇ, ਜਾਂ ਚੜ੍ਹਦੇ ਪੰਜਾਬ 'ਚ ਰਹਿੰਦੇ ਨੇ। ਅਤੇ ਬੜੀ ਖੁਸ਼ੀ ਵਾਲੀ ਗੱਲ ਆ ਜੀ ਕਿ ਸਿੱਧੂ ਮੂਸੇਵਾਲਾ ਸਾਹਿਬ ਪਾਕਿਸਤਾਨ ਆ ਰਹੇ ਨੇ, ਅਤੇ ਬੜਾ ਸ਼ਿੱਦਤ ਨਾਲ ਇੰਤਜ਼ਾਰ ਹੋ ਰਿਹਾ ਹੈ। ਅਤੇ ਸੋਰਸਿਸ ਇਹੀ ਕਹਿੰਦੇ ਨੇ ਜੀ ਕਿ ਪੋਸੀਬਿਲਿਟੀ ਆ ਕਿ ਮਾਰਚ ਮਹੀਨੇ ਦੇ ਐਂਡ ਦੇ ਉੱਤੇ ਪਾਕਿਸਤਾਨ 'ਚ ਉਹਨਾਂ ਦੋ ਸ਼ੋਅ ਆਰਗਨਾਈਜ਼ ਹੋ ਰਹੇ ਨੇ, ਲਾਹੌਰ ਦੇ ਵਿੱਚ ਅਤੇ ਲੈਲਪੁਰ ਫੈਸਲਾਬਾਦ 'ਚ, ਭਗਤ ਸਿੰਘ ਸਾਹਿਬ ਦੇ ਜ਼ਿਲ੍ਹੇ 'ਚ। ਅਤੇ ਬਹੁਤ ਵਧੀਆ ਗੱਲ ਆ ਜੀ, ਅਤੇ ਜੀ ਆਇਆਂ ਨੂੰ ਵੈਲਕਮ ਆ। ਅਤੇ ਇਸ ਤੋਂ ਇਲਾਵਾ ਜਿਹੜੇ ਵੀ ਆਪਣਾ ਚੜ੍ਹਦੇ ਪੰਜਾਬ ਦੇ ਸਿੰਗਰ, ਆਰਟਿਸਟ, ਕਲਾਕਾਰ ਪਾਕਿਸਤਾਨ ਆਉਣਾ ਚਾਹੁੰਦੇ ਨੇ, ਉਹ ਜ਼ਰੂਰ ਆਉਣ ਜੀ। ਪਾਕਿਸਤਾਨ ਦੀ ਆਵਾਮ ਉਹਨਾਂ ਨਾਲ ਬਹੁਤ ਜ਼ਿਆਦਾ ਪਿਆਰ ਕਰਦੀ ਆ। ਥੋੜ੍ਹੇ ਦਿਨ ਪਹਿਲਾਂ ਗਿੱਪੀ ਗਰੇਵਾਲ ਸਾਹਿਬ ਦਾ ਤੁਸੀਂ ਵਿਜ਼ਿਟ ਵੇਖਿਆ ਵਾ ਕਿ ਪਾਕਿਸਤਾਨ ਦੀ ਆਵਾਮ ਨੇ ਕਿੰਨਾ ਪਿਆਰ ਦਿੱਤਾ, ਉਹਨਾਂ ਨੂੰ ਇੱਜ਼ਤ ਦਿੱਤੀ ਪਾਕਿਸਤਾਨ ਦੀ ਸਰਕਾਰ ਨੇ। ਅਤੇ ਚੜ੍ਹਦੇ ਵਾਲੇ ਵੀਰੋ, ਤੁਹਾਡੇ ਮਤਲਬ ਲਹਿੰਦਾ ਪੰਜਾਬ ਤੁਹਾਡਾ ਆਪਣਾ ਘਰ ਆ, ਅਤੇ ਜੁਗ ਜੁਗ ਜੀਵ ਅਤੇ ਵੱਸਦੇ ਰਹੋ, ਖੁਸ਼ਦੇ ਰਹੋ ਜੀ। ਅਤੇ ਮੈਂ ਅਕਸਰ ਕਹਿੰਦਾ ਹੁੰਦਾ ਜੀ ਕਿ ਪੰਜਾਬੀ ਇੱਕ ਨੇ ਤਾਂ ਹਮੇਸ਼ਾ ਇੱਕ ਹੀ ਰਹਿਣਗੇ ਜੀ।